ਨਮਸਕਾਰ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਮਨੂ ਮੋੜ ਸਾਇੰਸ ਐਂਡ ਟੈਕਨੋਲੋਜੀ ਦੇ ਰਿਗਾਰਡਿੰਗ ਇਹ ਆਪਣੀ ਤੀਜੀ ਕਲਾਸ ਹੈ ਇਸ ਤੋਂ ਪਹਿਲਾਂ ਦੋ ਕਲਾਸਾਂ ਜਿਨ੍ਹਾਂ ਦੀ ਥਿਊਰੀ ਵੀ ਤੁਹਾਨੂੰ ਮਿਲ ਗਈ ਹੋਵੇਗੀ ਆਈ ਹੋਪ ਜਿਹੜੇ ਵੀ ਕੈਂਡੀਡੇਟ ਨੇ ਉਹ ਕਲਾਸਾਂ ਨਹੀਂ ਦੇਖੀ ਤਾਂ ਪਲੀਜ਼ ਪਹਿਲਾਂ ਜਾ ਕੇ ਉਹ ਵਿਜ਼ਿਟ ਕਰ ਲੇ ਫਿਰ ਥਰਡ ਕਲਾਸ ਤੁਸੀਂ ਇਹ ਦੇਖ ਲਿਓ ਤੇ ਆਪਾਂ ਕੱਲ ਗੱਲ ਕੀਤੀ ਸੀ ਕਾਫੀ ਕੈਂਡੀਡੇਟ ਨੇ ਕਮੈਂਟ ਕੀਤਾ ਹੈ ਕਿ ਮੈਰਾਥਨ ਕਲਾਸਾਂ ਪ੍ਰੋਵਾਈਡ ਕਰਵਾਓ ਦੇਖੋ ਦੋਸਤੋ ਮੇਰੀ ਤਬੀਅਤ ਹਾਲੇ ਥੋੜੀ ਜਿਹੀ ਠੀਕ ਨਹੀਂ ਹੈ ਨਾ ਤਾਂ ਆਵਾਜ਼ ਬੋਲਣ ਦੇ ਥੋੜੀ ਜਿਹੀ ਪ੍ਰੋਬਲਮ ਹੈ ਤਾਂ ਮੈਰਾਥਨ ਕਲਾਸ ਵੀ ਕਰਾਂਗੇ ਲਓ ਆਪਾਂ ਕੁਝ ਕੁਐਸਚਨ ਕਵਰ ਕਰ ਲਈਏ ਇਸ ਵੀਡੀਓ ਵਿੱਚ ਤਾਂ ਹੁਣ ਆਪਾਂ ਜ਼ਿਆਦਾ ਟਾਈਮ ਵੇਸਟ ਨਹੀਂ ਕਰਦੇ ਜਲਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਇੱਕ ਪਿਆਰ ਦਾ ਕਮੈਂਟ ਕਰ ਦਿਓ ਓਕੇ ਤਾਂ ਇੱਥੇ ਆਪਾਂ ਕੁਐਸਚਨ ਨੰਬਰ 1 ਦੀ ਗੱਲ ਕਰੀਏ ਕੁਐਸਚਨ ਨੰਬਰ 1 ਕੀ ਕਹਿੰਦਾ ਦੋਸਤੋ ਹੇਡ ਰਿਕਮ ਵਿੱਚੋਂ ਕਿਹੜਾ ਹੈ ਭਾਰਤ ਦਾ ਪਹਿਲਾ ਸੋਲਰ ਮਿਸ਼ਨ 2022 ਵਿੱਚ ਸ਼ੁਰੂ ਹੋਣ ਵਾਲਾ ਹੈ ਕਹਿੰਦਾ ਭਾਵੇਂ ਪਾਰ ਦਾ ਪਹਿਲਾ ਸੋਲਰ ਮਿਸ਼ਨ 2025 ਵਿੱਚ ਸ਼ੁਰੂ ਹੋਣ ਵਾਲਾ ਹੈ ਕਿਹੜਾ ਮਿਸ਼ਨ ਹੈ ਇਹ ਇਸ ਦਾ ਰਾਈਟ ਆਨਸਰ ਹੋਏਗਾ অপਸ਼ਨ ਨੰਬਰ ਡੀ ਇਸ ਦਾ ਰਾਈਟ ਆਨਸਰ ਹੋਏਗਾ ਆਦਿੱਤਿਆ L1 ਠੀਕ ਹੈ ਸੋਲਰ ਮਿਸ਼ਨ ਭਾਰਤ ਦਾ 2022 ਵਿੱਚ ਸ਼ੁਰੂ ਹੋਣ ਵਾਲਾ ਠੀਕ ਹੈ ਇਸ ਤੋਂ ਬਾਅਦ ਕੁਐਸਚਨ ਨੰਬਰ 2 ਦੀ ਗੱਲ ਕਰੀਏ ਕਿਹੜੇ ਦੇਸ਼ ਵਿੱਚ ਪੈਗਾਸਸ ਸਪਾਈਵੇਅਰ ਵਿਕਸਿਤ ਕੀਤਾ ਗਿਆ ਹੈ ਕਿਹੜੇ ਦੇਸ਼ ਵਿੱਚ ਕੀਤਾ ਗਿਆ ਤਾਂ ਇਹ ਇਜ਼ਰਾਈਲ ਵਿੱਚ ਕੀਤਾ ਗਿਆ న్యూਸ ਵਿੱਚ ਕਾਫੀ ਫੇਮਸ ਰਹੀ ਸੀ ਇਹ న్యూਸ ਤਾਂ ਕਰਕੇ ਇਸ ਵੀਡੀਓ ਵਿੱਚ ਮੈਂ ਇਹ ਕੁਐਸਚਨ ਇਨਕਲੂਡ ਕਰ ਲਿਆ ਇਸ ਵਾਰ ਕੁਐਸਚਨ ਨੰਬਰ 3 ਦੀ ਗੱਲ ਕਰੀਏ ਇੰਡੀਅਨ ਇੰਸਟੀਚਿਊਟ ਆਫ ਜੀਓਮੈਗਨੇਟਿਜ਼ਮ ਦੇ ਵਿਗਿਆਨੀਆਂ ਨੇ ਹੋਸਾਰ ਮੈਗਨੋਮੀਟਰ ਉੱਤੇ ਇੱਕ ਸਵਦੇਸ਼ੀ ਉਵਰ ਵਿਕਸਿਤ ਕੀਤਾ ਹੈ ਭਾਰਤ ਵਿੱਚ ਜੀਓਮੈਗਨੇਟਿਜ਼ਮ ਡੈਸ਼ ਤੇ ਸਥਿਤ ਹੈ ਕੁਐਸਚਨ ਕੀ ਕਹਿਣਾ ਚਾਹੁੰਦਾ ਹੈ ਦੇਖੋ ਕਨਫਿਊਜ਼ ਕਰਦੇ ਨੇ ਐਗਜ਼ਾਮੀਨਰ ਹੁੰਦੇ ਨੇ ਜਿਹੜੇ ਵੀ ਐਗਜ਼ਾਮ ਪੁੱਟ ਕਰਦੇ ਨੇ ਨਾ ਥੋੜਾ ਕਨਫਿਊਜ਼ ਕਰਦੇ ਕਰਦੇ ਨੇ ਡਾਇਰੈਕਟ ਕੋਈ ਕੁਐਸਚਨ ਸਿਰਫ ਐਨਾ ਹੈ ਦੇਖੀਏ ਭਾਰਤ ਵਿੱਚ ਜੀਓਮੈਗਨੇਟਿਜ਼ਮ ਕਿੱਥੇ ਸਥਿਤ ਹੈ ਇਹ ਪੁੱਛਿਆ ਗਿਆ ਸਿਰਫ ਤਾਂ ਇਸ ਦੇ ਦਾ ਰਾਈਟ ਆਨਸਰ ਹੋਊਗਾ ਆਪਸ਼ਨ ਨੰਬਰ A ਮੁੰਬਈ ਇਜ਼ ਦਾ ਰਾਈਟ ਆਨਸਰ ਹੈ ਓਕੇ ਤਾਂ ਦੋਸਤੋ ਅੱਗੇ ਚੱਲਣ ਤੋਂ ਪਹਿਲੇ ਇੱਕ ਛੋਟੀ ਜੀ ਇਨਫੋਰਮੇਸ਼ਨ ਤੁਹਾਡੇ ਲਈ ਜੇ ਤੁਸੀਂ ਕੰਪਿਊਟਰ ਦੇ ਰਿਗਾਰਡਿੰਗ ਇੰਪੋਰਟੈਂਟ ਕੁਐਸਚਨਾਂ ਦੀ ਪੀਡੀਐਫ ਫਾਈਲ ਬਾਏ ਕਰਨਾ ਚਾਹੁੰਦੇ ਹੋ ਸਿਰਫ 44 ਰੁਪਏ ਵਿੱਚ ਤਾਂ ਇਹ ਮੇਰਾ ਇੰਸਟਾਗ੍ਰam ਆਈਡੀ ਨੰਬਰ ਹੈ ਇਸ ਤੇ ਮੈਨੂੰ ਫੋਲੋ ਕਰਕੇ ਮੇ ਨਾਲ ਗੱਲ ਕਰਕੇ ਪੂਰੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਕਾਫੀ ਕੈਂਡੀਡੇਟਸ ਨੇ ਇਹ ਪੀਡੀਐਫ ਫਾਈਲ ਆਲਰੇਡੀ ਬਾਇ ਕਰ ਲਿਆ ਜੇ ਤੁਸੀਂ ਵੀ ਆਪਣੇ ਐਗਜ਼ਾਮ ਦੀ ਤਿਆਰੀ ਨੂੰ ਪਰਫੈਕਟ ਬਣਾਉਣਾ ਚਾਹੁੰਦੇ ਹੋ ਤਾਂ ਪੀਡੀਐਫ ਫਾਈਲ ਨੂੰ ਜ਼ਰੂਰ ਬਾਇ ਕਰ ਲਓ ਓਕੇ ਹੁਣ ਕੁਐਸਚਨ ਨੰਬਰ 4 ਦੀ ਗੱਲ ਕਰੀਏ NASA ਦੇ ਅਨੁਸਾਰ ਅੰਟਾਰਕਟਿਕ ਓਜ਼ੋਨ ਹੋਲ 17 ਅਤੇ 13 ਅਕਤੂਬਰ ਸੌਰੀ ਇੱਥੇ 17 ਸੈਪਟੈਂਬਰ ਸੀ 17 ਸੈਪਟੈਂਬਰ ਅਤੇ 13 ਅਕਤੂਬਰ 2022 ਦੇ ਵਿਚਕਾਰ ਠੀਕ ਹੈ ਇਹ ਦੋ ਡੇਟ ਦੱਸੀ ਹੈ 17 ਸੈਪਟੈਂਬਰ ਤੇ 13 ਅਕਤੂਬਰ ਇੰਨਾ ਡੇਟ ਦੇ ਵਿੱਚਕਾਰ ਇੱਕ ਅਧਿਐਨ ਕੀਤਾ ਸੀ ਕਿਹਨੇ ਕੀਤਾ ਸੀ NASA ਨੇ ਕੀਤਾ ਸੀ ਇਹ ਅਧਿਐਨ ਉਹਨਾਂ ਨੇ ਅੰਟਾਰਕਟਿਕ ਉਹ ਜ਼ੋਨ ਦਾ ਹੋਲ ਹੋ ਰਿਹਾ ਜਿਹੜਾ ਉਸ ਵਿੱਚ ਆਪਣਾ ਓਜ਼ੋਨ ਪਰਤ ਹੈ ਉਸ ਵਿੱਚ ਛੇਕ ਹੋ ਰਿਹਾ ਜਿਹੜਾ ਮੋਰਾ ਨਿਕਲ ਰਿਹਾ ਨਾ ਉਸ ਦਾ ਧਿਆਨ ਕੀਤਾ ਸੀ ਜਿਸ ਦੇ ਅਨੁਸਾਰ ਡੈਸ਼ ਮਿਲੀਅਨ ਵਰਗ ਕਿਲੋਮੀਟਰ ਦੇ ਉਸਤ ਦੇ ਖੇਤਰ ਵਿੱਚ ਪਹੁੰਚ ਗਿਆ ਮਤਲਬ ਕਿ ਆਪਣੀ ਓਜ਼ੋਨ ਪਰਤ ਵਿੱਚ ਹੋਲ ਹੈ ਜਿਹੜਾ ਉਸ ਦਾ ਸਾਈਜ਼ ਇਨਕਰੀਜ਼ ਹੋ ਗਿਆ ਤਾਂ ਉਹ ਕਿੰਨਾ ਇਨਕਰੀਜ਼ ਹੋ ਗਿਆ ਆਪਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ ਹੈ 23.2 ਮਿਲੀਅਨ ਵਰ ਕਿਲੋਮੀਟਰ ਦੀ ਉਸ ਖੇਤਰ ਵਿੱਚ ਇਹ ਪਹੁੰਚ ਚੁੱਕਿਆ ਹੈ ਤਾਂ ਕਾਫੀ ਹੈ ਨਾ ਟੈਂਸ਼ਨ ਲੈਣ ਵਾਲੀ ਗੱਲ ਹੈ ਜোন ਪਰਦਾ ਆਪਾਂ ਨੂੰ ਪਤਾ ਸਭ ਨੂੰ ਪਤਾ ਪ੍ਰਾਬੈਂਗਣੀ ਕਿਰਨਾ ਹੁੰਦੀਆਂ ਨੇ ਜਿਹੜੇ ਜਿਹੜੀ ਹੈ ਨਾ ਅਲਟਰਾ ਵਾਇਲਟ ਕਿਰਨਾ ਹੁੰਦੀ ਆਪਣੀ ਧਰਤੀ ਤੇ ਆਉਣ ਤੋਂ ਰੋਕਦੀ ਹੈ ਜੇ ਉਹ ਆ ਗਈ ਤਾਂ ਆਲ ਜਿਹੜੀ ਵੀ ਹਿਊਮਨ ਬੀਇੰਗਸ ਨੇ ਹੈ ਨਾ ਜਿਹੜੇ ਲੋਕ ਨੇ ਉਹਨਾਂ ਨੂੰ ਕੈਂਸਰ ਤੇ ਸਕਿਨ ਦੀ ਪ੍ਰੋਬਲਮ ਲਾਜ਼ਮੀ ਹੈ ਤੇ ਕੁਐਸਚਨ ਨੰਬਰ 5 ਦੀ ਗੱਲ ਕਰੀਏ ਭਾਰਤ ਪਹਿਲਾ ਮਨੁੱਖੀ ਪਲੌਨਰ ਮਿਸ਼ਨ ਗਗਨਯਾਨ ਕਿਸ ਸਾਲ ਵਿੱਚ ਲਾਂਚ ਕਰੇਗਾ ਕਾਫੀ ਇੰਪੋਰਟੈਂਟ ਕੁਐਸਚਨ ਐਗਜ਼ਾਮ ਦੇ ਪੁਆਇੰਟ ਆਫ 뷰 ਨਾਲ ਤਾਂ ਇਹ ਗਗਨਯਾਨ ਮਿਸ਼ਨ ਹੈ ਜਿਹੜਾ ਕਿ ਮਨੁੱਖੀ ਪਲੌਨਰ ਮਿਸ਼ਨ ਹੈ ਭਾਰਤ ਦਾ ਪਹਿਲਾ ਠੀਕ ਹੈ ਤਾਂ ਇਹ ਕਦੋਂ ਲਾਂਚ ਹੋਵੇਗਾ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਹੈ 2023 ਇਸ ਵੀਚ ਹੋਵੇਗਾ ਓਕੇ ਕੁਐਸਚਨ ਨੰਬਰ 6 ਦੀ ਗੱਲ ਕਰੀਏ ਚਿੱਟਾ ਧੋਣ ਲਈ ਕਿਹੜਾ ਚੁੰਨਾ ਸਭ ਤੋਂ ਵੱਧ ਟੁੱਕਵਾ ਚਿੱਟਾ ਮਤਲਬ ਕਿ ਚਿੱਟਾ ਕਪੜਾ ਹੋ ਗਿਆ ਹਨਾ ਵਾਈਟ ਕਪੜੇ ਤੇ ਧੋਣ ਲਈ ਜੇ ਹੋ ਨਿਖਾਰਨਾ ਹੈ ਤਾਂ ਸਭ ਤੋਂ ਵੱਧ ਕਿਹੜਾ ਚੁੰਨਾ ਵਧੀਆ ਹੈ ਸਭ ਤੋਂ ਤਾਂ ਉਹ ਹੈਗਾ অপਸ਼ਨ ਨੰਬਰ ਡੀ ਸ਼ੈਲ ਚੁੰਨਾ ਹੁੰਦਾ ਇੱਕ ਇਹ ਵਾਈਟ ਕਪੜੇ ਲਈ ਸਭ ਤੋਂ ਬੈਸਟ ਹੈ ਕੁਐਸਚਨ ਨੰਬਰ 7 ਦੀ ਗੱਲ ਕਰੀਏ ਮਾਸਾਗਰਾਂ ਦੇ ਵੱਖ-ਵੱਖ ਪਹਿਲੂਆਂ ਦੇ ਅਧਿਐਨ ਨੂੰ ਕੀ ਕਿਹਾ ਜਾਂਦਾ ਜੇ ਆਪਾਂ ਮਾਸਾਗਰ ਨੇ ਜਿਹੜੇ ਸਮੁੰਦਰ ਨੇ ਉਹਨਾਂ ਦੀ ਸਟੱਡੀ ਕਰਨੀ ਹੈ ਤਾਂ ਉਸ ਅਧਿਐਨ ਨੂੰ ਕੀ ਕਿਹਾ ਜਾਂਦਾ ਤਾਂ ਉਸ ਨੂੰ ਕੀ অপਸ਼ਨ ਨੰਬਰ ਏ ਨਾਮ ਤੋਂ ਆਪਾਂ ਨੂੰ ਪਤਾ ਲੱਗ ਜਾਂਦਾ ਓਸ਼ੀਅਨ ਲੋਜੀ ਕਿਹਾ ਜਾਂਦਾ ਇਸ ਨੂੰ ਠੀਕ ਹੈ ਓਸ਼ੀਅਨ ਮੈਨੇ ਕੀ ਹੁੰਦਾ ਸਮੁੰਦਰ ਜਾਂ ਮਹਾਸਾਗਰ ਓਕੇ ਇਸ ਚੀਜ਼ ਯਾਦ ਰੱਖਿਓ एग्जाम ਦੇ ਪੁਆਇੰਟ ਆਫ 뷰 ਨਾਲ एग्जाम ਵਿੱਚ ਦੋਸਤੋ ਲੋਜੀਸ ਬਾਰੇ ਕਾਫੀ ਕਾਫੀ ਕੁਐਸਚਨ ਪੁੱਛੇ ਜਾਂਦੇ ਨੇ ਦੋ ਕੁਐਸਚਨ ਤਾਂ ਸ਼ੋਰ ਪੱਕੇ ਪੁੱਛੇ ਜਾਂਦੇ ਨੇ ਠੀਕ ਹੈ ਕਿ ਆਪਾਂ ਇੱਕ ਅਲੱਗ ਤੋਂ ਕਲਾਸ ਕਰਾਂਗੇ ਜਿਸ ਵਿੱਚ ਆਲ ਜਿਹੜੇ ਵੀ ਲੋਜੀ ਨੇ ਹਨ ਜਿਹੜੀ ਵੀ ਸਟੱਡੀ ਨੇ ਜਿਹੜੀ ਵੀ ਅਧਿਐਨ ਨੇ ਸਾਰੇ ਇੱਕ ਵੀਡੀਓ ਵਿੱਚ ਤੁਹਾਨੂੰ ਇਨਕਲੂਡ ਕਰਕੇ ਪ੍ਰੋਵਾਈਡ ਕਰਵਾ ਦਾਂਗਾ ਬਸ ਕਰਨਾ ਹੈ ਕਿ ਤੁਸੀਂ ਕਮੈਂਟ ਕਰਦੇ ਰਹਿਣਾ ਕਰੋ ਲਾਈਕ ਕਰਦੇ ਰਹਿਣਾ ਕਰੋ ਤੇ ਜੇ سبسਕ੍ਰਾਈਬ ਨਹੀਂ ਕੀਤਾ ਚੈਨਲ ਤਾਂ ਸਬਸਕ੍ਰਾਈਬ ਵੀ ਕਰ ਲਿਆ ਕਰੋ ਐਂਡ ਜੇ ਹੋਰ ਕੋਈ ਤੁਹਾਡਾ ਫਰੈਂਡ ਹੈ ਜੋ ਇਗਜ਼ਾਮ ਦੀ ਤਿਆਰੀ ਕਰ ਰਿਹਾ ਉਸ ਨੂੰ ਵੀਡੀਓ ਵੀ ਸ਼ੇਅਰ ਕਰ ਦਿਆ ਕਰੋ ਕੁਐਸਚਨ ਨੰਬਰ 8 ਦੀ ਗੱਲ ਕਰੀਏ ਉਹ ਵਿਟਾਮਿਨ ਜੋ ਖਾਣਾ ਪਕਾਉਣ ਦੌਰਾਨ ਨਸ਼ਟ ਕੀਤੇ ਜਾਣ ਦੇ ਯੋਗ ਹੁੰਦਾ ਮਤਲਬ ਆਪਾਂ ਜਦੋਂ ਖਾਣਾ ਪਕਾਉਂਦੇ ਆ ਇੱਕ ਵਿਟਾਮਿਨ ਜਿਹੜਾ ਨਸ਼ਟ ਜਲਦੀ ਹੋ ਜਾਂਦਾ ਕਿਹੜਾ ਵਿਟਾਮਿਨ ਆ ਉਹ ਤਾਂ ਉਹ ਹੈ ਜਿਹੜਾ ਆਪਸ਼ਨ ਨੰਬਰ ਸੀ ਵਿਟਾਮਿਨ ਸੀ ਆ ਕਵੈਸਚਨ ਨੰਬਰ 9 ਦੀ ਗੱਲ ਕਰੀਏ 2B AB ਕਵੈਸਚਨ ਨੰਬਰ 9 ਦੀ ਗੱਲ ਕਰੀਏ AB ਬਲੱਡ ਗਰੁੱਪ ਦਾ ਦਾਨੀ ਬਲੱਡ ਗਰੁੱਪ ਪ੍ਰਾਪਤ ਕਰਨ ਲਈ ਦਾਨ ਕਰ ਸਕਦਾ ਹੈ AB ਬਲੱਡ ਗਰੁੱਪ ਨੂੰ ਕਿਹੜਾ ਬਲੱਡ ਗਰੁੱਪ ਪ੍ਰਾਪਤ ਕਰਨ ਲਈ ਦਾਨ ਕਰ ਸਕਦਾ ਹੈ ਮਤਲਬ ਕਵੈਸਚਨ ਥੋੜਾ ਸਮਝ ਚ ਨਹੀਂ ਆ ਇਹ ਵੀ ਬਲੱਡ ਗਰੁੱਪ ਦਾ ਦਾਨੀ ਜੋ ਵੀ AB ਬਲੱਡ ਗਰੁੱਪ ਦਾ ਬੰਦਾ ਹੈ ਨਾ ਉਹ ਜੇ ਬਲੱਡ ਗਰੁੱਪ ਦਾਨ ਕਰ ਸਕਦਾ ਹੋ ਉਸ ਤੋਂ ਪ੍ਰਾਪਤ ਵੀ ਕਰ ਸਕਦਾ ਹੈ ਕੁਸ਼ਨ ਇਹ ਹੀ ਕਹਿਣਾ ਚਾਹੁੰਦਾ ਹੈ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋ ਜਾਏਗਾ অপਸ਼ਨ ਨੰਬਰ ਡੀ ਇਸ ਦਾ ਰਾਈਟ ਆਨਸਰ ਹੋਵੇਗਾ ਬਲੱਡ ਗਰੁੱਪ O ਵਾਲੇ ਜਿਹੜੇ ਵੀ ਦਾਨੀ ਹੁੰਦੇ ਨੇ ਹਨਾ ਜਾਂ ਵਿਅਕਤੀ ਹੁੰਦੇ ਨੇ ਉਹ A B ਬਲੱਡ ਗਰੁੱਪ ਨੂੰ ਦਾਨ ਕਰ ਸਕਦੇ ਨੇ ਪ੍ਰਸ਼ਨ ਨੰਬਰ 10 ਦੀ ਗੱਲ ਕਰੀਏ ਪੈਨਸਿਲਿਨ ਦੀ ਕਾਢ ਕਿਸ ਨੇ ਕੱਢੀ ਸੀ ਪੈਨਸਿਲਿਨ ਦੀ ਕਾਢ ਕਿਸ ਨੇ ਕੱਢੀ ਸੀ ਕਾਫੀ ਇੰਪੋਰਟੈਂਟ ਹੈ ਐਗਜ਼ਾਮ ਵਿੱਚ ਬਹੁਤ ਵਾਰ ਇਹ ਕੁਐਸਚਨ ਰਿਪੀਟ ਹੁੰਦਾ ਤਾਂ ਕਰਕੇ ਯਾਦ ਰੱਖਿਓ ਲਿਪ ਪੈਨਸਿਲਿਨ ਇਸ ਦੀ ਕਾਢ ਕਿਸ ਦੁਆਰਾ ਕੱਢੀ ਗਈ ਸੀ ਅਲੈਗਜ਼ੈਂਡਰ ਫਲੇਮਿੰਗ ਦੁਆਰਾ ਕੱਢੀ ਗਈ ਸੀ ਓਕੇ ਕੁਐਸਚਨ ਨੰਬਰ 11 ਦੀ ਗੱਲ ਕਰੀਏ ਧਰਤੀ ਦਾ ਸਭ ਤੋਂ ਵੱਡਾ ਇਕੋਸਿਸਟਮ ਇਕੋਸਿਸਟਮ ਹੈ ਕਿਹੜਾ ਹੈ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਹੋ ਜਾਏਗਾ ਬਾਇਓਮੀ ਧਰਤੀ ਦਾ ਸਭ ਤੋਂ ਵੱਡਾ ਇਕੋਸਿਸਟਮ ਹੈ ਕੁਐਸਚਨ ਨੰਬਰ 12 ਦੀ ਗੱਲ ਕਰੀਏ ਦਾ ਸਟਡੀ ਆਫ ਐਂਟਮੋਲੋਜੀ ਸਟਡੀ ਆਫ ਐਂਟਮੋਲੋਜੀ ਐਂਟਮੋਲੋਜੀ ਕਿਹੜੀ ਚੀਜ਼ ਦੇ ਅਧਿਐਨ ਨੂੰ ਕਿਹਾ ਜਾਂਦਾ ਹੈ ਤਾਂ ਆਪਸ਼ਨ ਨੰਬਰ B ਇਜ਼ ਦਾ ਰਾਈਟ ਆਨਸਰ ਹੈ ਕਿਹੜੇ ਮਕੌੜੇ ਦੇ ਅਧਿਐਨ ਕਰਨ ਨੂੰ ਸਟੱਡੀ ਕਰਨ ਨੂੰ ਕੀ ਕਿਹਾ ਜਾਂਦਾ ਐਂਟਮੋਲੋਜੀ ਕਿਹਾ ਜਾਂਦਾ ਓਕੇ ਕੁਐਸਚਨ ਨੰਬਰ 13 ਦੀ ਗੱਲ ਕਰੀਏ ਯੂਨੀਵਰਸਲ ਦਾਨੀ ਬਲੱਡ ਗਰੁੱਪ ਹੈ ਯੂਨੀਵਰਸਲ ਦਾਨੀ ਬਲੱਡ ਗਰੁੱਪ ਕਿਹੜਾ ਹੈ ਇਸ ਵਿੱਚੋਂ ਰਾਈਟ ਆਨਸਰ ਹੋ ਜਾਏਗਾ ਆਪਸ਼ਨ ਨੰਬਰ C O ਬਲੱਡ ਗਰੁੱਪ ਹੈ ਇਹ ਕਿਸੇ ਤੋਂ ਵੀ ਬਲੱਡ ਲੈ ਸਕਦੇ ਨੇ O ਬਲੱਡ ਗਰੁੱਪ ਵਾਲੇ ਕੈਂਡੀਡੇਟ ਹੁੰਦੇ ਨੇ ਜਿਹੜੇ ਕੈਂਡੀਡੇਟਸ ਸੋਰੀ ਵਿਅਕਤੀ ਹੁੰਦੇ ਨੇ ਜਿਹੜੇ ਪਤਾ ਨਹੀਂ ਕੀ ਕੁਝ ਬੋਲੀ ਜਾਂਦਾ ਥੋੜੀ ਤਬੀਅਤ ਜੀ ਹੈ ਨਾ ਡਾਊਨ ਹੈ ਤਾਂ ਕਰਕੇ ਪ੍ਰੈਜੈਂਸ ਆਫ ਮਾਈਂਡ ਹੈ ਜਿਹੜੀ ਉਹ ਇੱਥੇ ਨਹੀਂ ਹੈ ਫਿਰ ਵੀ ਚਲੋ ਤੋਂ ਤੁਹਾਡੀ ਤਰੀਕਾ ਕਰਵਾਣੀ ਜ਼ਰੂਰੀ ਹੈ ਹੈ ਨਾ ਤੇ ਵੀਡੀਓ ਮੈਂ ਫਿਰ ਵੀ ਕਦੀ ਪ੍ਰੋਵਾਈਡ ਕਰਵਾਉਂਦਾ ਰਹਗਾ ਤੇ ਉਹ ਬਲੱਡ ਬਲੱਡ ਗਰੁੱਪ ਵਾਲੇ ਜਿਹੜੇ ਵਿਅਕਤੀ ਹੁੰਦੇ ਨੇ ਉਹ ਕਿਸੇ ਤੋਂ ਵੀ ਖੂਨ ਲੈ ਸਕਦੇ ਨੇ ਤੇ ਕਿਸੇ ਨੂੰ ਵੀ ਖੂਨ ਦੇ ਸਕਦੇ ਨੇ ਤਾਂ ਕਰਕੇ ਇਹਨਾਂ ਨੂੰ ਕੀ ਕਹੇ ਜਾਂਦਾ ਯੂਨੀਵਰਸਲ ਡੋਨਰ ਬਲੱਡ ਗਰੁੱਪ ਕਿਹਾ ਜਾਂਦਾ ਕਵੈਸਚਨ ਨੰਬਰ 14 ਦੀ ਗੱਲ ਕਰੀਏ ਖੂਨ ਵਿੱਚ ਲਾਲ ਰક્ત ਸੈੱਲ ਦੀ ਕਮੀ ਦਾ ਸਿੱਟਾ ਇਹ ਨਿਕਲਦਾ ਜੇ ਆਪਣੇ ਬਲੱਡ ਵਿੱਚ ਲਾਲ ਬਲੱਡ ਸੈੱਲਸ ਹੁੰਦੇ ਨੇ ਉਹ ਘਟ ਜਾਣ ਤਾਂ ਕਿਹੜੀ ਪ੍ਰੋਬਲਮ ਆਪਾਂ ਨੂੰ ਹੋ ਜਾਂਦੀ ਹੈ অপਸ਼ਨ ਨੰਬਰ ਬੀ ਐਮਿਨੀਸ਼ੀਆ ਨਾਮਕ ਰੋਗ ਆਪਾਂ ਨੂੰ ਹੋਣ ਦੇ ਚਾਂਸ ਹੋ ਜਾਂਦੇ ਨੇ ਓਕੇ ਕੁਐਸਚਨ ਨੰਬਰ 15 ਦੀ ਗੱਲ ਕਰੀਏ ਸ਼ਬਦ ਬਰਨੇਲ ਨਾਲ ਸੰਬੰਧਿਤ ਹੈ ਮਤਲਬ ਕੀ ਇਸ ਵਰਡ ਦਾ ਮੀਨਿੰਗ ਕੀ ਹੈ ਇਸ ਦੇ ਨਾਲ ਰਿਲੇਟਡ ਹੈ ਇਹ ਜਿਹੜਾ ਹੈਗਾ ਕਠੋਰਤਾ ਦੀ ਪਰਖ ਵਾਸਤੇ ਯੂਜ਼ ਕੀਤਾ ਜਾਂਦਾ ਸ਼ਬਦ ਜਿਹੜਾ ਬਰਨੇਲ ਓਕੇ ਕੁਐਸਚਨ ਨੰਬਰ 16 ਦੀ ਗੱਲ ਕਰੀਏ ਹਾਲਾਂਕਿ ਵਿੱਚ ਭਾਰਤ ਦੀ ਪਹਿਲੀ ਇਲੈਕਟ੍ਰਿਕ ਜ਼ੀਰੋ ਨਿਕਾਸ ਬੱਸ ਕਿੱਥੇ ਪੇਸ਼ ਕੀਤੀ ਗਈ ਸੀ ਇਲੈਕਟ੍ਰਿਕ ਜ਼ੀਰੋ ਨਿਕਾਸ ਬੱਸ ਓਕੇ ਯਾਦ ਰੱਖਿਓ ਇਹ ਕਿੱਥੇ ਕੀਤੀ ਗਈ ਸੀ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਹੈ ਬੈਂਗਲੌਰ ਵਿੱਚ ਓਕੇ ਕਾਫੀ ਬਾਅਦ ਸੋਰੀ ਬਾਅਦ ਨਹੀਂ ਕਾਫੀ ਨਿਊਜ਼ ਵਿੱਚ ਰਹੀ ਹੈ ਇਹ ਗੱਲ ਆਗਰਗੇ ਐਗਜ਼ਾਮ ਵਿੱਚ ਆਉਣ ਦੇ ਪੂਰੇ ਚਾਂਸ ਨੇ ਯਾਦ ਰੱਖ ਬੈਂਗਲੌਰ ਵਿੱਚ ਫਰਸਟ ਇਲੈਕਟ੍ਰਿਕ ਜੀਰੋ ਨਿਕਾਸ ਬੱਸ ਪੇਸ਼ ਕੀਤੀ ਗਈ ਸੀ ਕੁਐਸਚਨ ਨੰਬਰ 17 ਦੀ ਗੱਲ ਕਰੀਏ ਆਰਨੀਓਲੋਜੀ ਕੀ ਹੈ ਮਤਲਬ ਕਿ ਆਰਨੀਓਲੋਜੀ ਇਹ ਕਿਸ ਦਾ ਧਿਆਨ ਹੈ ਤਾਂ ਇਹ ਹੈ ਜਿਹੜਾ ਮਕੜੀਆਂ ਦਾ ਧਿਆਨ ਹੈ ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ ਹੈ ਮਕੜੀਆਂ ਦੇ ਧਿਆਨ ਨੂੰ ਕੀ ਕਿਹਾ ਜਾਂਦਾ ਹੈ ਜਾਂ ਮਕੜੀਆਂ ਦੀ ਸਟਡੀ ਨੂੰ ਕੀ ਕਿਹਾ ਜਾਂਦਾ ਹੈ ਆਰਨੀਓਲੋਜੀ ਕਿਹਾ ਜਾਂਦਾ ਹੈ ਇਕ ਗਲ ਹੋਰ ਦੋਸਤੋ ਜੇ ਤੁਸੀਂ ਇਸ ਸਾਇੰਸ ਐਂਡ ਟੈਕਨੋਲੋਜੀ ਦੇ ਰਿਗਾਰਡਿੰਗ ਨੈਕਸਟ ਕਲਾਸ ਚਾਹੁੰਦੇ ਹੋ ਤਾਂ ਤੁਹਾਡੇ ਡਿਮਾਂਡ ਤੇ ਹੀ ਮੈਂ ਬਣਾਵਾਂਗਾ ਤੇ ਇਹ ਵੀਡੀਓ ਵਿੱਚ ਕਮੈਂਟ ਕਰਕੇ ਮੈਨੂੰ ਦੱਸ ਦਿਓ ਕਿ ਨੈਕਸਟ ਪਾਰਟ ਤੁਹਾਨੂੰ ਇਸ ਦਾ ਚਾਹੀਦਾ ਹੈ ਜਾਂ ਨਹੀਂ ਓਕੇ ਕੁਐਸਚਨ ਨੰਬਰ 18 ਦੀ ਗੱਲ ਕਰੀਏ ਸਿਸਮੋਗ੍ਰਾਫੀ ਡੈਸ਼ ਦੇ ਵਿਗਿਆਨ ਨੂੰ ਕਿਹਾ ਜਾਂਦਾ ਹੈ ਤਾਂ ਸਿਸਮੋਗ੍ਰਾਫੀ ਕਾਦਾ ਧਿਆਨ ਹੁੰਦਾ ਹੈ ਇਹ অপਸ਼ਨ ਨੰਬਰ ਬੀ ਪੁਚਾਲ ਦੇ ਧਿਆਨ ਨੂੰ ਕੀ ਕਿਹਾ ਜਾਂਦਾ ਸਿਸਮੋਗ੍ਰਾਫੀ ਕਿਹਾ ਜਾਂਦਾ ਓਕੇ ਕਵੈਸਚਨ ਨੰਬਰ 19 ਦੀ ਗੱਲ ਕਰੀ ਸਭ ਤੋਂ ਹਲਕੀ ਧਾਤ ਕਿਹੜੀ ਹੈ ਇਹ ਚਾਰ ਔਫਰ ਦਿੱਤੇ ਨੇ ਦੋਸਤੋ ਇਹਨਾਂ ਵਿੱਚੋਂ ਪੁੱਛਿਆ ਗਿਆ ਸਭ ਤੋਂ ਹਲਕੀ ਧਾਤ ਕਿਹੜੀ ਹੈ ਤਾਂ ਯਾਦ ਰੱਖਿਓ ਲਿਥੀਅਮ ਹੈ ਜਿਹੜੀ ਸਭ ਤੋਂ ਹਲਕੀ ਧਾਤ ਹੈ ਕਵੈਸਚਨ ਨੰਬਰ 20 ਦੀ ਗੱਲ ਕਰੀਏ ਭਾਰਤੀ ਖੇਤਰ ਨੈਵੀਗੇਸ਼ਨ ਸੈਟਲਾਈਟ ਸਿਸਟਮ ਯਾਨੀ IRNS DS ਦੁਆਰਾ ਸੰਚਾਲਿਤ ਔਰਬਿਟ ਵਿੱਚ ਕਿੰਨੇ ਸਫਲ ਉਪਗ੍ਰਹਿ ਹਨ ਗ੍ਰਹਿ ਦੀ ਗੱਲ ਨਹੀਂ ਹੋ ਰਹੀ ਇੱਥੇ ਗ੍ਰਹਿ ਤੇ ਉਪਗ੍ਰਹਿ ਵਿੱਚ ਕਨਫਿਊਜ਼ਨ ਹੋयो ਓਕੇ ਸੇ ਉਪਗ੍ਰਹਿ ਪੁੱਛਿਆ ਗਿਆ ਇੱਥੇ ਤਾਂ ਭਾਰਤ ਦਾ ਜਿਹੜਾ ਖੇਤਰ ਸਪੇਸਸ਼ਿਪ ਵਿੱਚ ਹਨਾ ਜਿਹੜਾ ਵੀ ਭਾਰਤ ਦੇ ਅੰਡਰ ਆਉਣ ਦਾ ਖੇਤਰ ਉਸ ਵਿੱਚ ਭਾਰਤ ਦੇ ਔਰਬਿਟ ਵਿੱਚ ਕਿੰਨੇ ਉਪਗ੍ਰਹਿ ਸਫਲ ਰਹੇ ਹਨ ਜਾਂ ਭਾਰਤ ਦੇ ਕਿੰਨੇ ਉਪਗ੍ਰਹਿ ਪੁੱਛੇ ਨੇ ਇਸ ਦਾ ਰਾਈਟ ਆਨਸਰ ਹੋਵੇਗਾ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਹੈ 7 ਉਪਗ੍ਰਹਿ ਭਾਰਤ ਦੇ ਔਰਬਿਟ ਵਿੱਚ ਸਫਲਤਾਪੂਰਵਕ ਵਰਕ ਕਰ ਰਹੇ ਨੇ